ਤੁਹਾਡਾ ਨਾਮ? ਜੈਸਮੀਨ ਕੌਰ। ਕਹਾਂ ਸੇ ਆਏ? ਅਸੀਂ ਮਲੋਰ ਤੋਂ ਆਏ ਹਾਂ। ਅਸੀਂ ਇੱਥੇ ਸਪੈਸ਼ਲ ਦੀਵਾਲੀ ਦੇਖਣ ਹੀ ਆਏ ਸੀਗੇ। ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਾ, ਇਹੋ ਜਿਹੀ ਦੀਪਮਾਲਾ ਅਸੀਂ ਕਿਤੇ ਨਹੀਂ ਵੇਖੀ, ਬਹੁਤ ਵਧੀਆ ਲੱਗਾ। ਹੋਰ ਕੀ ਤੁਹਾਨੂੰ ਅੰਦਰ ਜਾ ਕੇ ਕੀ ਵੇਖਣ ਨੂੰ ਮਿਲਿਆ, ਅਸ ਭਾਈ ਕਿੱਦਾਂ ਦੀ ਤੁਹਾਨੂੰ ਲੱਗੀ? ਸਾਨੂੰ ਆਤਿਸ਼ਬਾਜ਼ੀ ਬਹੁਤ ਵਧੀਆ ਲੱਗੀ, ਅੰਦਰ ਜਾ ਕੇ ਇੱਕਦਮ ਮਨ ਸ਼ਾਂਤ ਹੋ ਜਾਂਦਾ ਹੈ। ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਵਧੀਆ ਲੱਗਾ। ਕਦੇ ਇੱਦਾਂ ਦੀ ਹੋਰ ਮਾਹੌਲ ਦੇਖਿਆ? ਨਹੀਂ, ਕਿਤੇ ਨਹੀਂ, ਬਸ ਇੱਥੇ ਹੀ ਦੇਖਿਆ ਦਰਬਾਰ ਸਾਹਿਬ। ਸਿੰਘ ਹਾਂਜੀ ਸਰ, ਅੱਜ ਸ਼੍ਰੀ ਹਰਿਮੰਦਰ ਸਾਹਿਬ ਆਏ ਹੋ, ਅੱਜ ਦੀਵਾਲੀ ਕਿੰਨਾ ਲੱਗਦਾ? ਵੇਖੋ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅੱਜ ਅਦਭੁਤ ਨਜ਼ਾਰਾ ਹੈ। ਕਿਉਂ ਪਿਛਲੇ ਕਾਫੀ ਸਮੇਂ ਤੋਂ ਕਰੋਨਾ ਕਾਲ ਕਰਕੇ ਸੰਗਤਾਂ ਖੁੱਲ੍ਹੇ ਦਰਸ਼ਨ ਦਿਦਾਰੇ ਨਹੀਂ ਕਰ ਸਕੀਆਂ, ਐਰ ਕਿ ਗੁਰੂ ਸਾਹਿਬ ਨੇ ਉਹ ਸਾਰੀਆਂ ਮਹਾਂਮਾਰੀਆਂ ਤੋਂ ਬਚਾ ਕੇ ਸੰਗਤਾਂ ਆਪਣੀਆਂ ਆਸਾਂ ਮਨਾਸਾਂ ਲੈ ਕੇ ਬੰਦੀ ਛੋੜ ਅਤੇ ਦੀਵਾਲੀ ਦਾ ਤਿਉਹਾਰ ਮਨਾਉਣ ਵਾਸਤੇ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਆਈਆਂ ਹਨ। ਜੋ ਝੋਲੀਆਂ ਪ੍ਰਾਪਤ ਕਰ ਰਹੀਆਂ ਹਨ ਅਤੇ ਦਾਤਾਂ ਦੀ ਪ੍ਰਾਪਤੀ ਕਰ ਰਹੇ ਅਤੇ ਨਤਮਸਤਕ ਹੋ ਰਹੀਆਂ ਨੇ। ਕੀ ਲੱਗਦਾ ਹੈ ਕਿ ਨਾਮ ਇੱਕ ਕਹਾਵਤ ਹੈ ਕੋਈ ਰੋਟੀ ਅੰਮ੍ਰਿਤਸਰ ਦੀ? ਹਾਂ, ਜਿਸ ਤਰ੍ਹਾਂ ਕਿ ਪੁਰਾਣੀ ਕਹਾਵਤ ਹੈ ਕਿ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਲੋਕ ਦੀਵਾਲੀ ਨੂੰ ਸ਼ੁਰੂ ਤੋਂ ਹੀ, ਪੁਰਾਤਨ ਤੋਂ ਹੀ, ਜਿਸੋਂ ਤੋਂ ਇਹ ਮਰਜ਼ਾਦਾ ਚੱਲੀ ਆ ਰਹੀ ਹੈ, ਗੁਰੂ ਘਰ ਦੀਆਂ ਸੰਗਤਾਂ ਅੰਮ੍ਰਿਤਸਰ ਆ ਕੇ ਦੀਵਾਲੀ ਮਨਾਉਣ ਦੇ ਵਿੱਚ ਕਾਫੀ ਰੁਝਾਨ ਰੱਖਦੀਆਂ ਨੇ ਅਤੇ ਹਰ ਸਾਲ ਸੰਗਤਾਂ ਵੱਧ ਚੜ੍ਹ ਕੇ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹੀ ਦਰ 'ਤੇ ਬੰਦੀ ਛੋੜ ਦੇ ਉਸਤੇ ਆ ਕੇ ਇੱਥੇ ਦੀਵਾਲੀ ਉੱਤੇ ਖੁਸ਼ੀਆਂ ਪ੍ਰਾਪਤ ਕਰਦੇ ਹਨ। ਸਾਡੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਇਸੇ ਤਰ੍ਹਾਂ ਹੀ ਪੰਥ ਦੇ ਉੱਤੇ ਇਤਫਾਕ ਅਤੇ ਇਕੱਤਰਤਾ ਬਖਸ਼ਣ। ਹਰ ਸਾਲ ਸੰਗਤਾਂ ਵੱਧ ਤੋਂ ਵੱਧ ਬੰਦੀ ਛੋੜ ਦਾ ਦਿਵਸ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਚਰਨਾਂ ਦੇ ਵਿੱਚ ਆ ਕੇ ਨਿਵਾਸ ਕਰਕੇ ਮੱਥਾ ਟੇਕ ਕੇ ਆਪਣੇ ਪਰਿਵਾਰ ਦੀ ਭਲੀ ਵਾਸਤੇ ਅਰਦਾਸ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।